ਇਹ ਪ੍ਰਾਈਮ ਟਾਈਮ ਦੇ ਵਿੱਚ ਗੱਲ ਚੋਣਾਂ ਦੀ ਕਰਾਂਗੇ ਅੱਜ ਤੇ ਗੱਲ ਹੋਵੇਗੀ ਐਸੀ ਸੀਟ ਦੀ ਜਿੱਥੇ ਮੁਕਾਬਲਾ ਬਹੁਤ ਦਿਲਚਸਪ ਹੁੰਦਾ ਹੋਇਆ ਨਜ਼ਰ ਆ ਰਿਹਾ। ਜੀ ਹਾਂ, ਵੱਖ ਵੱਖ ਸੀਟਾਂ ਨੂੰ ਹੌਟ ਸੀਟ ਹੁਣ ਤੱਕ ਮੰਨਿਆ ਜਾ ਰਿਹਾ ਸੀ, ਪਰ ਹੁਣ ਤੱਕ ਸ਼ਾਇਦ ਖਡੂਰ ਸਾਹਿਬ ਵਾਲੇ ਪਾਸੇ ਜ਼ਿਆਦਾ ਨਜ਼ਰਾਂ ਨਹੀਂ ਸੀ, ਪਰ ਅੰਮ੍ਰਿਤਪਾਲ ਸਿੰਘ ਤੇ ਉਸ ਤੋਂ ਬਾਅਦ ਹੁਣ ਵਿਰਸਾ ਸਿੰਘ ਬਲਟੋਹਾ ਦੀ ਐਂਟਰੀ ਨੇ ਖਡੂਰ ਸਾਹਿਬ ਦੀ ਸੀਟ ਨੂੰ ਵੀ ਹੌਟ ਸੀਟ ਦੇ ਵਿੱਚ ਤਬਦੀਲ ਕਰ ਦਿੱਤਾ ਹੈ। ਯਾਨੀ ਕਿ ਨਜ਼ਰਾਂ ਜਿੱਥੇ ਬਠਿੰਡੇ ਦੇ ਉੱਤੇ ਹੋਣਗੀਆਂ, ਜਿੱਥੇ ਸੰਗਰੂਰ ਦੀ ਸੀਟ ਦੇ ਉੱਤੇ ਹੋਣਗੀਆਂ ਜਾਂ ਲੁਧਿਆਣਾ ਦੇ ਉੱਤੇ ਹੋਣਗੀਆਂ, ਤਾਂ ਫਿਰ ਨਜ਼ਰ ਪੰਥਕ ਸੀਟ ਖਡੂਰ ਸਾਹਿਬ 'ਤੇ ਵੀ ਹੋਵੇਗੀ ਕਿ ਆਖਿਰ ਉੱਥੇ ਸਮੀਕਰਨ ਕੀ ਬਣਦੇ ਨੇ ਅਤੇ ਕਿਹੜੇ ਸਮੀਕਰਨ ਕਿਸਦੇ ਖਾਤੇ ਦੇ ਵਿੱਚ ਫਿੱਟ ਬੈਠਦੇ ਨੇ। ਅਸੀਂ ਜ਼ਿਕਰ ਅੱਜ ਇਸ ਪ੍ਰੋਗਰਾਮ ਦੇ ਦੌਰਾਨ ਪੰਥਕ ਸੀਟ ਦਾ ਹੀ ਕਰਾਂਗੇ ਜਿੱਥੇ ਸਿਆਸੀ ਫਾਈਟ ਬਹੁਤ ਦਿਲਚਸਪ ਨਜ਼ਰ ਆ ਰਹੀ ਹੈ ਔਰ ਇਸਦੇ ਕੀ ਸਮੀਕਰਨ ਨੇ ਔਰ ਪਿਛਲੇ ਕੁਝ ਸੀਟਾਂ ਦੇ ਵਿੱਚ, ਪਿਛਲੇ ਕੁਝ ਵੋਟਾਂ ਦੇ ਵਿੱਚ ਜਾਂ ਚੋਣਾਂ ਦੇ ਵਿੱਚ ਕੀ ਇੱਥੇ ਰੁਝਾਨ ਰਿਹਾ ਪੰਥਕ ਸੀਟ ਖਡੂਰ ਸਾਹਿਬ ਦੇ ਵਿੱਚ, ਅਸੀਂ ਜ਼ਿਕਰ ਉਸਦਾ ਵੀ ਕਰਾਂਗੇ। ਜ਼ਿਕਰ ਪੰਥਕ ਸੀਟ 'ਤੇ ਸਿਆਸੀ ਫਾਈਟ ਦਾ ਹੋਵੇ। ਜੇ ਪੰਥਕ ਸੀਟ ਦੇ ਉੱਤੇ ਸਿਆਸੀ ਫਾਈਟ ਲਾਜ਼ਮੀ ਤੌਰ ਤੇ ਦਿਲਚਸਪ ਬਣੀ ਹੋਈ ਨਜ਼ਰ ਆ ਰਹੀ ਹੈ। ਪਹਿਲਾਂ ਸ਼ੁਰੂਆਤ ਕਰਦੇ ਹਾਂ ਇੱਕ ਬ੍ਰੇਕਿੰਗ ਦੇ ਨਾਲ, ਬ੍ਰੇਕਿੰਗ ਖਬਰ ਦੇ ਨਾਲ, ਜਿਸ ਪੂਰੀ ਸੀਟ ਦੇ ਵਿੱਚ ਸਮੀਕਰਨ ਕਿਸ ਤਰੀਕੇ ਨਾਲ ਬੈਠ ਰਹੇ ਨੇ ਉਸ ਦੇ ਨਾਲ ਤੁਹਾਨੂੰ ਜਾਣੂ ਕਰਵਾਏਗੀ। ਪੰਥਕ ਸੀਟ ਦੇ ਉੱਤੇ ਸਿਆਸੀ ਫਾਈਟ ਇਸ ਤਰੀਕੇ ਦੀ ਹੈ ਕਿ ਖਡੂਰ ਸਾਹਿਬ ਹੁਣ ਸਭ ਤੋਂ ਜ਼ਿਆਦਾ ਹੌਟ ਸੀਟ ਪੰਜਾਬ ਦੇ ਵਿੱਚ ਬਣੀ ਹੋਈ ਨਜ਼ਰ ਆ ਰਹੀ ਹੈ। ਅੰਮ੍ਰਿਤਪਾਲ ਸਿੰਘ ਦੀ ਐਂਟਰੀ ਨੇ ਕਿੰਨੀ ਗੇਮ ਬਦਲ ਦਿੱਤੀ, ਇਹ ਵੀ ਇੱਕ ਵੱਡਾ ਸਵਾਲ ਜ਼ਰੂਰ ਹੈ, ਕਿਉਂਕਿ ਹੁਣ ਇੱਕ ਪਾਸੇ ਲਾਲਜੀਤ ਭੁੱਲਰ ਨੇ, ਅੰਮ੍ਰਿਤਪਾਲ ਸਿੰਘ ਨੇ, ਵਿਰਸਾ ਸਿੰਘ ਬਲਟੋਹਾ ਨੇ, ਮੰਨਾ ਮੀਆਂਵਿੰਡ ਨੇ ਔਰ ਕਾਂਗਰਸ ਨੇ ਅਜੇ ਉਮੀਦਵਾਰ ਐਲਾਨਣਾ ਬਾਕੀ ਹੈ। ਤਾਂ ਇਹ ਬਹੁਤ ਦਿਲਚਸਪ ਲਾਜ਼ਮੀ ਤੌਰ 'ਤੇ ਸੀਟ ਦੇ ਉੱਤੇ ਸਮੀਕਰਨ ਹੁਣ ਬਣਦੇ ਹੋਏ ਨਜ਼ਰ ਆ ਰਹੇ ਨੇ ਕਿ ਆਖਿਰ ਇਸ ਸੀਟ ਦੇ ਉੱਤੇ ਕਿਵੇਂ ਜਿੱਤ, ਕੌਣ ਜਿੱਤ ਹਾਸਲ ਕਰਦਾ ਹੈ, ਕੌਣ ਇਸ ਸੀਟ ਦੇ ਉੱਤੇ ਜਿਹੜੇ ਕਿਸਦੇ ਖਾਤੇ ਦੇ ਵਿੱਚ ਇਹ ਸੀਟ ਜਾਏਗੀ, ਇਹੀ ਸਮੀਕਰਨ ਅਸੀਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਖਡੂਰ ਸਾਹਿਬ ਦੀ ਇਸ ਸਿਆਸੀ ਫਾਈਟ ਦੇ ਵਿੱਚ ਕੀ ਦਿਲਚਸਪ ਹੈ ਉਹ ਵੀ ਤੁਹਾਨੂੰ ਦੱਸਾਂਗੇ। ਖਡੂਰ ਸਾਹਿਬ ਸਭ ਤੋਂ ਹੌਟ ਸੀਟ ਬਣੀ ਹੋਈ ਹੈ, ਅੰਮ੍ਰਿਤਪਾਲ ਸਿੰਘ ਦੀ ਐਂਟਰੀ ਗੇਮ ਨੂੰ ਬਦਲਦੀ ਹੋਈ ਨਜ਼ਰ ਆ ਰਹੀ ਹੈ ਔਰ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ, ਜਦਕਿ ਸਿਮਰਨਜੀਤ ਸਿੰਘ ਮਾਨ ਨੇ ਕੈਂਡੀਡੇਟ ਵਿਦਡਰਾਅ ਕਰ ਲਿਆ ਹੈ। ਮੁਕਾਬਲੇ ਦੇ ਵਿੱਚ ਮਾਨ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਨੇ ਔਰ ਹੁਣ ਕਿਹੜੇ ਕਿਹੜੇ ਚਿਹਰੇ ਨੇ ਤਾਂ ਹੁਣ ਸਿਆਸੀ ਫਾਈਟ ਕਿਸ ਤਰੀਕੇ ਨਾਲ ਨਜ਼ਰ ਆ ਰਹੀ ਹੈ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਲਾਲਜੀਤ ਭੁੱਲਰ ਆਮ ਆਦਮੀ ਪਾਰਟੀ ਤੋਂ, ਕਾਂਗਰਸ ਦਾ ਐਲਾਨ ਹੋਣਾ ਅਜੇ ਬਾਕੀ ਹੈ। ਵਿਰਸਾ ਸਿੰਘ ਬਲਟੋਹਾ, ਸ਼੍ਰੋਮਣੀ ਅਕਾਲੀ ਦਲ ਤੋਂ, ਮਨਜੀਤ ਸਿੰਘ ਮੰਨਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ, ਜਦਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਨਿਤਰਨਗੇ। ਕਾਬਲੇ ਗੌਰ ਵੀ ਹੈ ਕਿ ਇਸ ਸਮੇਂ ਦੇ ਸਮੀਕਰਨ ਨੂੰ ਜੇਕਰ ਤੁਸੀਂ ਸਮਝਦੇ ਹੋ ਤਾਂ ਫਿਰ, ਕਿਉਂਕਿ ਅੱਜ ਤੱਕ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਨਹੀਂ ਹੋਇਆ, 7 ਤਰੀਕ ਤੋਂ ਨਾਮਜ਼ਦਗੀਆਂ ਦਾ ਦੌਰ ਪੰਜਾਬ ਦੇ ਵਿੱਚ ਸ਼ੁਰੂ ਹੋਣਾ ਹੈ, ਤਾਂ ਉਸ ਸਮੇਂ ਹੀ ਪਤਾ ਲੱਗੇਗਾ ਕਿ ਕੌਣ ਕੌਣ ਉੱਥੇ ਜਾ ਕੇ ਆਪਣੀ ਨਾਮਜ਼ਦਗੀ ਫਾਈਨਲ ਭਰਦਾ ਹੈ ਜਾਂ ਫਿਰ ਨਹੀਂ ਭਰਦਾ, ਕਿਉਂਕਿ ਸਮੀਕਰਨ ਪੰਜਾਬ ਦੇ ਵਿੱਚ ਦਿਨ ਬਰ ਦਿਨ ਬਦਲਦੇ ਹੋਏ ਨਜ਼ਰ ਜ਼ਰੂਰ ਆ ਰਹੇ ਨੇ। ਮੈਂ ਇੱਕ ਵਾਰੀ ਸਕਰੀਨ ਦੇ ਉੱਤੇ ਲੈ ਕੇ ਆਉਂਦਾ ਕਿ ਕਿਹੜੇ ਕਿਹੜੇ ਸਮੀਕਰਨ ਇਸ ਸਮੇਂ ਹੈਗੇ ਨੇ। ਪਹਿਲਾਂ ਜਿਹੜੇ ਇਸ ਵਾਰ ਦੇ ਕੈਂਡੀਡੇਟ ਨੇ ਉਹ ਅਸੀਂ ਲੈ ਕੇ ਆਈਏ ਜੇਕਰ, ਤਾਂ ਜਿਹੜੇ ਕੈਂਡੀਡੇਟ ਇਸ ਵਾਰ ਦੇ ਹੈਗੇ ਨੇ ਉਹ ਤਸਵੀਰ ਦੇ ਵਿੱਚ ਦਿਖਾਵਾਂਗਾ, ਉਸ ਤੋਂ ਬਾਅਦ ਮੈਂ ਜ਼ਿਕਰ ਕਰਾਂਗਾ ਕਿ ਕਿਸ ਤਰੀਕੇ ਨਾਲ ਪਿਛਲੇ ਮੁਕਾਬਲਿਆਂ ਤੋਂ ਇਸ ਵਾਰ ਦਾ ਮੁਕਾਬਲਾ ਵੱਖਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਕੈਂਡੀਡੇਟਸ ਜੇਕਰ ਅਸੀਂ ਦਿਖਾ ਸਕੀਏ ਕੌਣ ਕੌਣ ਚੋਣ ਮੈਦਾਨ ਦੇ ਵਿੱਚ ਹੈ, ਜੇਕਰ ਅਸੀਂ ਉਹ ਲੈ ਕੇ ਆ ਸਕੀਏ ਗ੍ਰਾਫਿਕ,
ਤਾਂ ਇਹ 2019 ਦੇ ਨਤੀਜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ 2019 ਦੇ ਵਿੱਚ ਇੱਥੇ ਕਿਵੇਂ ਕਿਸਨੇ ਜਿੱਤ ਹਾਸਲ ਕੀਤੀ ਸੀ। ਜਸਬੀਰ ਸਿੰਘ ਡਿੰਪਾ ਨੇ ਜਿੱਤ ਹਾਸਲ ਕੀਤੀ, ਬਿਪੀ ਜਗੀਰ ਕੌਰ ਇੱਥੇ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਰਹੇ ਸੀ। ਔਰ ਮੈਂ ਪਹਿਲਾਂ ਕੈਂਡੀਡੇਟਸ ਦਾ ਜ਼ਿਕਰ ਕਰ ਰਿਹਾ, ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਮੌਜੂਦਾ ਸਮੇਂ ਦੇ ਵਿੱਚ ਹੈਗੇ ਨੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਜਦਕਿ ਕਾਂਗਰਸ ਨੇ ਐਲਾਨਣਾ ਅਜੇ ਬਾਕੀ ਹੈ। ਵਿਰਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ, ਉਹਨਾਂ ਦੇ ਵੱਲੋਂ ਐਲਾਨ ਦਿੱਤਾ ਗਿਆ ਅਕਾਲੀ ਦਲ ਦੇ ਵਿੱਚ ਪੰਥਕ ਚਿਹਰੇ ਦੇ ਤੌਰ ਦੇ ਉੱਤੇ ਵਿਰਸਾ ਸਿੰਘ ਬਲਟੋਹਾ ਦਾ ਚਿਹਰਾ ਆਉਂਦਾ, ਉਹਨਾਂ ਦਾ ਨਾਮ ਲਿਆ ਜਾਂਦਾ। ਉਹਨਾਂ ਦੀ ਜਿਹੜੀਆਂ ਸੀਟ ਨੇ, ਉਹਨਾਂ ਦੀ ਖੁਦ ਦੀ ਸੀਟ ਜਿੱਥੋਂ ਵਿਧਾਇਕ ਰਹੇ ਨੇ, ਉਹ ਵੀ ਇਸ ਹਲਕੇ ਦੇ ਵਿੱਚ ਆਉਂਦੀ ਹੈ। ਅਤੇ ਬਲਟੋਹਾ ਦੇ ਨਾਮ ਦੇ ਉੱਤੇ ਅਕਾਲੀ ਦਲ ਦੇ ਵੱਲੋਂ ਮੋਹਰ ਲਗਾ ਦਿੱਤੀ ਗਈ, ਉਹਨਾਂ ਦਾ ਨਾਮ ਅਨਾਊਂਸ ਕਰ ਦਿੱਤਾ ਗਿਆ। ਮਨਜੀਤ ਸਿੰਘ ਮੰਨਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ, ਜਦਕਿ ਇਸ ਚਿਹਰੇ ਨੇ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਖਡੂਰ ਸਾਹਿਬ ਦੀ ਚੋਣ ਨੂੰ ਦਿਲਚਸਪ ਬਣਾ ਦਿੱਤਾ ਹੋਇਆ। ਅੰਮ੍ਰਿਤਪਾਲ ਸਿੰਘ ਜੋ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਉਤਰਦੇ ਹੋਏ ਨਜ਼ਰ ਆਉਣਗੇ। ਮੈਂ ਤੁਹਾਨੂੰ ਦਿਖਾਉਣਾ ਅੱਗੇ ਕਿਵੇਂ ਦੇ ਸਮੀਕਰਨ 2019 ਅਤੇ 2022 ਦੇ ਵਿੱਚ ਰਹੇ ਸੀ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਸ ਸੀਟ ਦੇ ਵਿੱਚ ਕਿਹੜੇ ਕਿਹੜੇ ਵਿਧਾਨ ਸਭਾ ਹਲਕੇ ਆਉਂਦੇ ਨੇ। ਸਾਡੇ ਕੋਲ ਇੱਕ ਸਕਰੀਨ ਹੈ, ਸਕਰੀਨ ਦਾ ਮੈਂ ਰੁੱਖ ਕਰਾਂਗਾ ਅਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਸ ਪੂਰੀ ਸੀਟ ਦੇ ਵਿੱਚ ਨਜ਼ਰ ਆਉਣਗੇ ਸਮੀਕਰਨ। ਪਹਿਲਾਂ ਮੈਂ ਦਿਖਾਉਣਾ ਖਡੂਰ ਸਾਹਿਬ ਦਾ, ਜੇਕਰ ਤੁਸੀਂ ਸਮੀਕਰਨ ਦੇਖਣ ਦੀ ਕੋਸ਼ਿਸ਼ ਕਰੋ ਤਾਂ ਸਕਰੀਨ ਦੇ ਉੱਤੇ ਤੁਹਾਨੂੰ ਨਜ਼ਰ ਆ ਰਿਹਾ ਕਿ ਇਹਦੇ ਵਿੱਚ ਹਲਕੇ ਆਉਂਦੇ ਨੇ ਜੰਡਿਆਲਾ ਗੁਰੂ, ਤਰਨ ਤਾਰਨ, ਖੇਮਕਰਨ, ਪੱਟੀ, ਖਡੂਰ ਸਾਹਿਬ, ਜ਼ੀਰਾ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਬਾਬਾ ਬਕਾਲਾ। ਦੇਖੋ ਬਹੁਤ ਦਿਲਚਸਪ ਅਤੇ ਇੰਟਰਸਟਿੰਗ ਇਹ ਹੈ ਕਿ ਇੱਕੋ ਇੱਕ ਪੰਜਾਬੀ ਲੋਕ ਸਭਾ ਸੀਟ ਹੈ ਜਿਸ ਦੇ ਵਿੱਚ ਤਿੰਨੋਂ ਰੀਜਨ ਆਉਂਦੇ ਨੇ। ਪੰਜਾਬ ਨੂੰ ਆਪਾਂ ਤਿੰਨ ਰੀਜਨ ਦੇ ਵਿੱਚ ਵੰਡਦੇ ਹਾਂ, ਮਾਝਾ, ਮਾਲਵਾ ਅਤੇ ਦੁਆਬਾ। ਖਡੂਰ ਸਾਹਿਬ ਇੱਕੋ ਇੱਕ ਸੀਟ ਹੈ ਜਿੱਥੇ ਤਿੰਨ ਰੀਜਨ ਵੱਖਰੇ ਹੈਗੇ ਨੇ ਪੰਜਾਬ ਦੇ, ਉਹ ਤਿੰਨੋਂ ਇਸ ਦੇ ਵਿੱਚ ਆਉਂਦੇ ਨੇ। ਤਾਂ ਜਿਵੇਂ ਜੰਡਿਆਲਾ ਗੁਰੂ, ਤਰਨ ਤਾਰਨ, ਖੇਮਕਰਨ, ਪੱਟੀ, ਖਡੂਰ ਸਾਹਿਬ, ਇਹ ਸਾਰੇ ਮਾਝੇ ਦੇ ਵਿੱਚ ਆਉਂਦੇ ਨੇ। ਉਸ ਤੋਂ ਬਾਅਦ ਬਾਬਾ ਬਕਾਲਾ ਵੀ ਇਹ ਮਾਝੇ ਦੇ ਵਿੱਚ ਆਉਂਦਾ ਹੈ। ਜਿਹੜੀ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹੇ ਦੀਆਂ ਸੀਟਾਂ ਨੇ ਉਹ ਇਸ ਦੇ ਵਿੱਚ ਆਉਂਦੀਆਂ ਨੇ, ਜਦਕਿ ਜ਼ੀਰਾ ਵਿਧਾਨ ਸਭਾ ਜਿਹੜਾ ਹਲਕਾ ਹੈ ਇਹਨੂੰ ਆਪਾਂ ਮਾਲਵੇ ਦੇ ਵਿੱਚ, ਫਿਰੋਜ਼ਪੁਰ ਜ਼ਿਲ੍ਹਾ ਮਾਲਵੇ ਦੇ ਵਿੱਚ ਕਾਊਂਟ ਕਰਦੇ ਹਾਂ। ਅਤੇ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦਾ ਮੈਂ ਜ਼ਿਕਰ ਕਰਾਂ ਤਾਂ ਇਸ ਨੂੰ ਕਾਊਂਟ ਆਪਾਂ ਦੁਆਬੇ ਦੇ ਵਿੱਚ ਕਰਦੇ ਹਾਂ, ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪੈਂਦਾ। ਇੱਥੇ ਇੱਕ ਹੋਰ ਤੁਹਾਨੂੰ ਦਿਲਚਸਪ ਸਮੀਕਰਨ ਮੈਂ ਅੱਗੇ ਦਿਖਾਵਾਂਗਾ ਕਿ ਜਿਹੜੇ ਬਣਦੇ ਹੋਏ ਨਜ਼ਰ ਆ ਰਹੇ ਨੇ। ਕਪੂਰਥਲਾ ਸੀਟ ਨੂੰ ਔਰ ਸੁਲਤਾਨਪੁਰ ਸੀਟ, ਇਹ ਦੋ ਸੀਟਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਦੇ ਉੱਤੇ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ। ਇੰਟਰਸਟਿੰਗ ਇਹ ਵੀ ਹੈ ਕਿ ਦੋਵੇਂ ਸੀਟਾਂ ਰਾਣਾ ਗੁਰਜੀਤ ਦੇ ਪਰਿਵਾਰ ਦੇ ਕੋਲ ਚਲੀਆਂ ਗਈਆਂ। ਕਪੂਰਥਲਾ ਤੋਂ ਖੁਦ ਜਿੱਤ ਕੇ ਸੁਲਤਾਨਪੁਰ ਲੋਧੀ ਤੋਂ ਉਹਨਾਂ ਦਾ ਬੇਟਾ ਆਜ਼ਾਦ ਦੇ ਤੌਰ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਉਤਰਿਆ ਅਤੇ ਜਿੱਤ ਗਿਆ। ਇਸ ਕਰਕੇ ਬਹੁਤ ਦਿਲਚਸਪ ਹੈ ਕਿ ਕਾਂਗਰਸ ਦੇ ਵੱਲੋਂ ਕਿਸ ਨੂੰ ਖਡੂਰ ਸਾਹਿਬ ਤੋਂ ਲੋਕ ਸਭਾ ਦੇ ਲਈ ਉਮੀਦਵਾਰ ਬਣਾਇਆ ਜਾਂਦਾ ਹੈ। ਅਸੀਂ ਹੁਣ ਇੱਕ ਵਾਰ ਫਿਰ ਤੋਂ ਵਾਪਸ ਰੁੱਖ ਕਰਦੇ ਹਾਂ ਅਤੇ ਕੁਝ ਹੋਰ ਗ੍ਰਾਫਿਕਸ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕੀ ਇਸ ਸਮੇਂ ਜਿਹੜੇ ਅੰਕੜੇ ਉਹ ਵੜ ਕੇ ਨਿਕਲਦੇ ਨਜ਼ਰ ਆ ਰਹੇ ਨੇ। ਹੁਣ ਮੈਂ ਪਹਿਲਾਂ ਤੁਹਾਨੂੰ ਦਿਖਾਵਾਂਗਾ 2019 ਦਾ ਅੰਕੜਾ ਕੀ ਕਹਿੰਦਾ, 2019 ਦੇ ਵਿੱਚ ਕੀ ਸਮੀਕਰਨ ਬਣੇ ਸੀ। 2019 ਦੇ ਵਿੱਚ ਸਮੀਕਰਨ ਇਹ ਸੀ, ਡਿੰਪਾ ਜਿੱਤੇ ਸੀ, ਬੀਬੀ ਜਗੀਰ ਕੌਰ ਹਾਰੇ ਸੀ, ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਸੀ, ਜਿੱਤੇ ਨਹੀਂ। ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਸਿੱਧੂ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ 2019 ਦੇ ਵਿੱਚ, ਤੇ ਹਾਰ ਗਏ। ਇਹ ਬਹੁਤ ਦਿਲਚਸਪ ਹੈ, ਮੈਂ ਇਸ ਅੰਕੜੇ ਦੇ ਉੱਤੇ ਵਾਪਸ ਤੁਹਾਡੇ ਕੋਲ ਆਵਾਂਗਾ। ਪਹਿਲਾਂ ਇੱਕ ਵਾਰੀ 2022 ਦੇ ਅੰਕੜੇ ਅਸੀਂ ਦਿਖਾ ਸਕੀਏ, ਜਿਹੜੇ ਇੱਕ ਇੱਕ ਕਰਕੇ ਫਟਾਫਟ ਸਾਰੀਆਂ ਤੁਹਾਨੂੰ 2022 ਦੇ ਅੰਕੜੇ ਜਿਹੜੇ ਹੈਗੇ ਨੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਉਹ ਤੁਹਾਨੂੰ ਦਿਖਾਉਂਦੇ ਰਹਾਂਗੇ। ਅਗਲੀ ਜੇਕਰ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਸਕੀਏ ਇਸ, ਬਿਲਕੁਲ ਹੁਣ ਆ ਚੁੱਕਿਆ 2019 ਅਤੇ 2022, ਇਸ ਸਮੀਕਰਨ ਨੂੰ ਸਮਝੋ ਅਤੇ ਥੋੜ੍ਹਾ ਜਿਹਾ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। 2022 ਵਿਧਾਨ ਸਭਾ ਚੋਣਾਂ, ਬਾਬਾ ਬਕਾਲਾ, ਦੇਖੋ ਕਿੱਥੇ ਕਿੱਥੇ ਕੀ ਕੁਝ ਸਮੀਕਰਨ ਬਣਦੇ ਨਜ਼ਰ ਆਏ। ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ 9 ਦੇ ਵਿੱਚੋਂ 7 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ। ਇੱਕ ਇੱਕ ਕਰਕੇ ਹੁਣ ਤੁਸੀਂ ਪੜ੍ਹਦੇ ਜਾਇਓ, ਉੱਪਰ ਆਏਗਾ ਸੀਟ ਦਾ ਨਾਮ, 2019 ਲੋਕ ਸਭਾ ਚੋਣਾਂ, 2022 ਵਿਧਾਨ ਸਭਾ ਚੋਣਾਂ।
ਸੀਟ ਬਾਬਾ ਬਕਾਲਾ। ਜਦੋਂ 2019 ਦੀਆਂ ਲੋਕ ਸਭਾ ਚੋਣਾਂ ਹੋਈਆਂ, ਬਾਬਾ ਬਕਾਲਾ ਦੇ ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ, ਓਵਰਆਲ ਵੀ ਕਾਂਗਰਸ ਜਿੱਤੀ। ਪਰ ਜਦੋਂ ਵਿਧਾਨ ਸਭਾ ਚੋਣਾਂ ਆਈਆਂ ਤਾਂ 52,000 ਵੋਟਾਂ ਆਮ ਆਦਮੀ ਪਾਰਟੀ ਨੂੰ ਪੈ ਗਈਆਂ, ਆਮ ਆਦਮੀ ਪਾਰਟੀ ਜਿੱਤ ਗਈ। ਅਗਲੀ ਸੀਟ ਬਾਬਾ ਬਕਾਲਾ ਤੋਂ ਬਾਅਦ, ਅਸੀਂ ਅਗਲੀ ਸੀਟ ਤੁਹਾਨੂੰ ਦਿਖਾਉਂਦੇ ਹਾਂ, ਅਗਲੀ ਸੀਟ ਤੋਂ ਬਾਅਦ ਜੰਡਿਆਲਾ। ਜੰਡਿਆਲਾ ਸੀਟ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਕਾਂਗਰਸ ਨੇ 50,000 ਤੋਂ ਵੱਧ ਵੋਟਾਂ ਲਈਆਂ 2019 ਦੇ ਵਿੱਚ। ਔਰ ਇੱਥੇ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ, 59,000 ਸੀਟ ਜਿਹੜੀਆਂ ਵੋਟਾਂ ਨੇ ਉਹ ਆਮ ਆਦਮੀ ਪਾਰਟੀ ਨੂੰ ਪੈ ਗਈਆਂ, ਆਮ ਆਦਮੀ ਪਾਰਟੀ ਜਿੱਤ ਗਈ। ਔਰ ਬਹੁਤ ਦਿਲਚਸਪ ਇਹ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 1,000 ਕੁ ਵੋਟਾਂ ਪਈਆਂ ਸੀ, 11-1200, ਪਰ 2022 ਦੇ ਵਿੱਚ ਬੜਾ ਜ਼ਬਰਦਸਤ ਰੁਝਾਨ ਉਹਨਾਂ ਨੂੰ ਮਿਲਿਆ ਅਤੇ 59,000 ਤੋਂ ਵੱਧ ਸੀਟ ਵੋਟਾਂ ਦੇ ਨਾਲ ਉਹ ਜਿੱਤ ਗਏ। ਅਗਲੀ ਸੀਟ ਆਏਗੀ ਕਪੂਰਥਲਾ। ਹੁਣ ਮੈਂ ਰੁੱਖ ਕਰ ਰਿਹਾ ਦੁਆਬੇ ਵਾਲੇ ਪਾਸੇ, ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਦੇਖੋ ਬਹੁਤ ਇੰਟਰਸਟਿੰਗ ਹੈ। ਨੌਂ ਦੇ ਵਿੱਚੋਂ 7 ਸੀਟਾਂ ਆਮ ਆਦਮੀ ਪਾਰਟੀ ਜਿੱਤ ਗਈ। ਥੋੜ੍ਹਾ ਇਹ ਸਮਝੋ ਕਿ ਇੱਕ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਹੁੰਦੇ ਨੇ, ਤਾਂ ਅਸੀਂ ਤੁਹਾਨੂੰ ਲੋਕ ਸਭਾ ਹਲਕੇ ਦੇ ਅੰਦਰ ਵਿਧਾਨ ਸਭਾ ਹਲਕੇ ਜਿਹੜੇ ਹੈਗੇ ਨੇ ਉਹ ਕੰਪੇਅਰ ਕਰਕੇ, ਤੁਲਨਾ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। 2019 ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੂੰ 1,397 ਵੋਟਾਂ ਪਈਆਂ ਸੀ, ਅਕਾਲੀ ਦਲ ਨੂੰ 32,000, ਕਾਂਗਰਸ ਨੂੰ 39,000, ਕਾਂਗਰਸ ਇੱਥੇ ਜਿੱਤੀ ਸੀ ਇਹ ਸੀਟ, ਤਾਂ ਫਿਰ ਉਹ ਲੀਡ ਕਪੂਰਥਲਾ ਦੇ ਵਿੱਚ 44,096 ਦੇ ਨਾਲ ਰਾਣਾ ਗੁਰਜੀਤ ਵੀ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਰਹੇ, ਜਿੱਤ ਹਾਸਲ ਕੀਤੀ ਕਾਂਗਰਸ ਦੇ ਉਮੀਦਵਾਰ ਨੇ 2022 ਦੇ ਵਿੱਚ ਵੀ। ਅਗਲੀ ਸੀਟ ਆਏਗੀ ਹੁਣ, ਅਗਲੀ ਸੀਟ ਇਸ ਤੋਂ ਬਾਅਦ ਆ ਰਹੀ ਹੈ ਖਡੂਰ ਸਾਹਿਬ ਦੀ ਸੀਟ, ਔਰ ਇੱਥੇ ਪੰਥਕ ਸੀਟ ਕਹੀ ਜਾਂਦੀ ਹੈ। ਔਰ ਪੰਥਕ ਸੀਟ ਦੇ ਉੱਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ, ਜਦਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿੱਚ ਕਾਂਗਰਸ ਜਿੱਤਣ ਦੇ ਵਿੱਚ ਕਾਮਯਾਬ ਰਹੀ, 47,000 ਵੋਟਾਂ ਪਈਆਂ ਸੀ। ਔਰ ਉਸ ਤੋਂ ਬਾਅਦ ਅਗਲੀ ਸੀਟ ਖਡੂਰ ਸਾਹਿਬ ਤੋਂ ਬਾਅਦ ਖੇਮਕਰਨ ਦਾ ਰੁੱਖ ਕਰਦੇ ਹਾਂ। ਬਲਟੋਹਾ ਜਿਹੜਾ ਇੱਥੋਂ ਹੀ ਚੋਣ ਮੈਦਾਨ 'ਚ ਉਤਰਦੇ ਨੇ, ਤਾਂ ਖੇਮਕਰਨ ਦੇ ਵਿੱਚ 55,843 ਸੀਟ ਵੋਟਾਂ ਪਈਆਂ ਕਾਂਗਰਸ ਨੂੰ, ਕਾਂਗਰਸ 2019 ਦੇ ਵਿੱਚ ਲੀਡ ਲੈਣ 'ਚ ਕਾਮਯਾਬ ਰਹੀ। ਜਦਕਿ ਜਦੋਂ 2022 ਆਇਆ ਤਾਂ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਦੇਖੋ ਇੱਥੇ ਆਮ ਆਦਮੀ ਪਾਰਟੀ ਨੇ ਕਿੰਨੀ ਜ਼ਬਰਦਸਤ ਲੀਡ ਲਈ, 64,000 ਵੋਟਾਂ ਉਹਨਾਂ ਨੂੰ ਪੈ ਗਈਆਂ ਸੀ, ਜਦਕਿ ਕਾਂਗਰਸ ਬਹੁਤ ਪਛੜ ਗਈ। ਇਨਫੈਕਟ ਤੀਜੇ ਨੰਬਰ ਦੇ ਉੱਤੇ ਚਲੀ ਗਈ, ਦੂਜੇ ਨੰਬਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਸੀ। ਹੁਣ ਅੱਗੇ ਵੱਧਦੇ ਹਾਂ, ਅਗਲੀ ਜਿਹੜੀ ਹੈ ਪੱਟੀ ਵਿਧਾਨ ਸਭਾ ਦੇ ਵਿੱਚ ਕੀ ਹੋਇਆ। ਪੱਟੀ ਵਿਧਾਨ ਸਭਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਲੀਡ ਲੈ ਲਈ, ਜੋ 1870 ਸੀ, ਕਾਂਗਰਸ ਦੀਆਂ 50,000 ਤੋਂ ਜ਼ਿਆਦਾ ਉੱਥੇ ਵੋਟਾਂ ਸੀਗੀਆਂ 2019 ਦੇ ਵਿੱਚ, 2022 'ਚ 57,323 ਤੱਕ ਅੰਕੜਾ ਪਹੁੰਚ ਗਿਆ। ਮੈਂ ਇਸ ਕਰਕੇ ਸਮਝਾ ਰਿਹਾ ਜਾਂ ਅਸੀਂ ਆਪਣੇ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਾ ਰਹੇ ਹਾਂ ਕਿ 2019 ਅਤੇ 2022 ਲੋਕ ਸਭਾ ਅਤੇ ਵਿਧਾਨ ਸਭਾ ਸੀ, ਇਹ 3 ਸਾਲਾਂ ਦੇ ਵਿੱਚ ਕਿਵੇਂ ਸਮੀਕਰਨ ਬਿਲਕੁਲ ਪਲਟੀ ਮਾਰ ਗਏ। ਕਿਉਂਕਿ ਆਮ ਆਦਮੀ ਪਾਰਟੀ ਦੀਆਂ ਵੋਟਾਂ ਦੇ ਉੱਤੇ ਤੁਸੀਂ ਧਿਆਨ ਦਿਵੋ, 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 1,000, 1,500, 2,000, 1,200 ਇਸ ਤਰੀਕੇ ਨਾਲ ਸੀ, ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਗ੍ਰਾਫ ਉੱਪਰ ਗਿਆ ਅਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ ਪੱਟੀ ਦੇ ਵਿੱਚ ਵੀ, ਇਸੇ ਤਰ੍ਹਾਂ ਬਾਕੀ ਸੀਟਾਂ ਦੇ ਉੱਤੇ। ਅਗਲੀ ਸੀਟ ਦਾ ਸੁਲਤਾਨਪੁਰ ਲੋਧੀ, ਇੱਥੇ ਦਾ ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ ਸੀ, ਕਾਂਗਰਸ 45,147, ਅਤੇ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਕਿ ਵਿਧਾਨ ਸਭਾ ਚੋਣਾਂ ਦੀਆਂ, ਤਾਂ ਇੱਥੇ ਤਿੰਨੋਂ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਪਛੜ ਗਏ, ਅਤੇ ਫਿਰ ਜਿਹੜੇ ਰਾਣਾ ਗੁਰਜੀਤ ਦੇ ਬੇਟੇ ਨੇ ਉਹਨਾਂ ਨੇ ਜਿੱਤ ਹਾਸਲ ਇੱਥੇ ਕਰ ਲਈ ਸੀ ਔਰ ਚੋਣ ਜਿੱਤ ਗਏ ਸੀ। ਸੁਲਤਾਨਪੁਰ ਲੋਧੀ ਤੋਂ ਬਾਅਦ ਅਸੀਂ ਅੱਗੇ ਵੱਧਦੇ ਹਾਂ ਤਰਨ ਤਾਰਨ ਦਾ ਰੁੱਖ ਕਰਾਂਗੇ, ਔਰ ਤਰਨ ਤਾਰਨ ਦੇ ਵਿੱਚ ਵੀ ਕੁਝ ਉਸ ਤਰੀਕੇ ਨਾਲ ਹੀ ਸਮੀਕਰਨ ਬਣੇ ਕਿ 1,500 ਵੋਟਾਂ ਆਮ ਆਦਮੀ ਪਾਰਟੀ ਦੀਆਂ ਸੀ, 47,575 ਸੀ, ਅਤੇ ਉਸ ਤੋਂ ਬਾਅਦ ਉਹ ਵੱਧ ਕੇ 52,000 ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਵੋਟਾਂ ਹੋ ਗਈਆਂ, ਜਦਕਿ ਕਾਂਗਰਸ 26,000 ਦੇ ਉੱਤੇ ਰਹਿ ਗਈ ਸੀ, ਜਿੱਤ ਹਾਸਲ ਕੀਤੀ। ਇੰਟਰਸਟਿੰਗ ਫੈਕਟ ਇੱਥੇ ਇਹ ਹੈ ਕਿ ਜਿਹੜੀ ਖਡੂਰ ਸਾਹਿਬ ਦੀਆਂ ਵਿਧਾਨ ਸਭਾ ਸੀਟਾਂ ਨੇ ਉਹਨਾਂ ਦੇ ਵਿੱਚ ਤੁਸੀਂ 2022 ਦੇ ਅੰਕੜੇ ਦੇ ਉੱਤੇ ਨਜ਼ਰ ਪਾਓ, ਬਹੁਤ ਇੰਪੋਰਟੈਂਟ ਹੈ ਜਿਹੜਾ ਮੈਂ ਪੁਆਇੰਟ ਦੱਸ ਰਿਹਾ ਤੁਹਾਨੂੰ।
ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵੋਟ ਹੈ ਉਹ ਕੰਸੋਲੀਡੇਟ ਹੋਈ ਇਸ ਤਰੀਕੇ ਨਾਲ। ਜਿੱਤ ਬੇਸ਼ੱਕ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਖਡੂਰ ਸਾਹਿਬ ਦੇ ਹਲਕਿਆਂ ਦੇ ਵਿੱਚ, ਖਡੂਰ ਸਾਹਿਬ ਦੇ ਜਿਹੜੇ ਵਿਧਾਨ ਸਭਾ ਹਲਕੇ ਜਿਸ ਦੇ ਵਿੱਚ ਆਉਂਦੇ ਨੇ, ਪਰ ਅਕਾਲੀ ਦਲ ਨੇ ਆਪਣੀ ਵੋਟ ਬੈਂਕ ਨੂੰ ਉੱਥੇ ਬਚਾ ਕੇ ਰੱਖਿਆ। ਔਰ ਇਨਫੈਕਟ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਅਕਾਲੀ ਦਲ ਦੂਜੇ ਨੰਬਰ ਦੇ ਉੱਤੇ ਰਿਹਾ, ਜਿਵੇਂ ਤਰਨ ਤਾਰਨ ਦੇ ਵਿੱਚ ਸੀ। ਤਰਨ ਤਾਰਨ ਦੇ ਵਿੱਚ ਵੀ 39,000 ਵੋਟਾਂ ਪਈਆਂ, ਅਕਾਲੀ ਦਲ ਨੂੰ ਦੂਜੇ ਨੰਬਰ ਦੇ ਉੱਤੇ ਰਿਹਾ, ਜਦਕਿ ਕਾਂਗਰਸ ਤੀਜੇ ਨੰਬਰ ਦੇ ਉੱਤੇ ਚਲੇਗੀ। ਉਸ ਤੋਂ ਬਾਅਦ ਅਗਲੀ ਸੀਟ ਆਏਗੀ ਜ਼ੀਰਾ ਤਾਂ ਜ਼ੀਰਾ ਫਿਰੋਜ਼ਪੁਰ ਦਾ ਜਿਹੜਾ ਜ਼ਿਲ੍ਹੇ ਦਾ ਇੱਕ ਕਸਬਾ ਹੈ, ਸ਼ਹਿਰ ਹੈ, ਅਤੇ ਇਹ ਆਉਂਦਾ ਹੈ ਖਡੂਰ ਸਾਹਿਬ ਦੇ ਵਿੱਚ। ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਪੰਜਾਬ ਦੀ ਇੱਕੋ ਇੱਕ ਲੋਕ ਸਭਾ ਦੀ ਸੀਟ ਹੈ ਜਿਸ ਦੇ ਵਿੱਚ ਤਿੰਨੋਂ ਰੀਜਨ ਤੁਹਾਨੂੰ ਮਾਝਾ, ਮਾਲਵਾ, ਦੁਆਬਾ ਨਜ਼ਰ ਆਉਣਗੇ। ਤਾਂ ਇੱਥੇ ਵੀ ਸਮੀਕਰਨ ਇਸ ਤਰੀਕੇ ਦੇ ਸੀ ਕਿ ਜ਼ੀਰਾ ਤੋਂ 64,000 ਵੋਟਾਂ ਲੈ ਕੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਗਿਆ 2022 'ਚ, ਜਦਕਿ 64,000 ਵੋਟਾਂ ਕਾਂਗਰਸ ਨੂੰ ਪਈਆਂ ਸੀ 2019 ਦੇ ਵਿੱਚ। ਇਹ ਪੂਰਾ ਅੰਕੜਾ ਹੋਇਆ। ਮੈਂ ਹੁਣ ਇੱਕ ਵਾਰ ਤੁਹਾਨੂੰ ਦੁਬਾਰਾ ਲੈ ਕੇ ਚੱਲਦੇ ਹਾਂ, ਕਿਉਂਕਿ ਕੁਝ ਸਮੀਕਰਨ ਜਿਹੜੇ ਹੁੰਦੇ ਨੇ ਉਹ ਬਹੁਤ ਜ਼ਰੂਰੀ ਨੇ ਸਮਝਣੇ। ਦੇਖੋ, ਜਿਹੜੀ ਲੋਕ ਸਭਾ ਦੀ ਸੀਟ ਖਡੂਰ ਸਾਹਿਬ ਹੈ, ਇਹ 2008 ਦੇ ਵਿੱਚ, 2008 ਆਨਵਰਡ ਜਿਹੜੀਆਂ ਇਹ ਸੀਟ, ਔਰ ਇਹ ਵੀ ਤੁਹਾਨੂੰ ਦੱਸਾਂ ਕਿ ਬੜਾ ਜ਼ਬਰਦਸਤ ਗੜ ਇੱਕ ਤਰੀਕੇ ਦਾ ਅਕਾਲੀ ਦਲ ਦਾ ਰਿਹਾ ਹੈ। ਹੁਣ ਮੈਂ ਗੜ ਕਿਉਂ ਕਹਿ ਰਿਹਾ ਕਿ ਖਡੂਰ ਸਾਹਿਬ ਦੇ ਵਿੱਚ 1996 ਤੋਂ ਲੈ ਕੇ ਲਗਾਤਾਰ ਜਿੱਤ ਹਾਸਲ ਕੀਤੀ ਅਕਾਲੀ ਦਲ ਨੇ 2014 ਤੱਕ। ਇੱਥੇ ਵੀ ਤੁਹਾਨੂੰ ਦੱਸ ਦੇਵਾਂ ਕਿ ਇਸ ਸੀਟ ਦਾ ਪਹਿਲਾ ਨਾਮ ਤਰਨ ਤਾਰਨ ਸੀ, ਜਦੋਂ ਡੀਲਿਮਿਟੇਸ਼ਨ ਹੋਈ ਤਾਂ ਉਸ ਤੋਂ ਬਾਅਦ ਇਹ ਖਡੂਰ ਸਾਹਿਬ ਬਣ ਗਈ। ਇੰਟਰਸਟਿੰਗ ਫੈਕਟ ਇਹ ਵੀ ਹੈ ਕਿ ਪੰਥਕ ਸੀਟ ਆਪਾਂ ਕਿਉਂ ਕਹਿ ਰਹੇ ਹਾਂ। ਪੰਥਕ ਸੀਟ ਇਸ ਕਰਕੇ ਵੀ ਇੰਟਰਸਟਿੰਗ ਫੈਕਟ ਹੈ ਕਿ 1999 ਦੇ ਵਿੱਚ ਜਦੋਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਪੰਜਾਬ ਦੇ ਵਿੱਚ ਬੜਾ ਜ਼ਬਰਦਸਤ ਲੋਕ ਸਭਾ ਚੋਣਾਂ ਦੇ ਵਿੱਚ ਬਹੁਮਤ ਮਿਲਿਆ, ਤਾਂ ਖਡੂਰ ਸਾਹਿਬ ਦੀ ਸੀਟ ਸੀ ਜਿੱਥੋਂ ਸਿਮਰਨਜੀਤ ਸਿੰਘ ਮਾਨ ਚੋਣ ਲੜੇ ਅਤੇ ਜਿੱਤੇ। ਇੱਕ ਹੋਰ ਇੰਟਰਸਟਿੰਗ ਤੁਹਾਨੂੰ ਗੱਲ ਦੱਸਦਾ ਕਿ ਸਿਮਰਨਜੀਤ ਸਿੰਘ ਮਾਨ ਨੇ 1999 ਦੇ ਵਿੱਚ ਜਦੋਂ ਤਰਨ ਤਾਰਨ ਇਹ ਸੀਟ ਹੁੰਦੀ ਸੀ, ਉਸ ਸੀਟ ਤੋਂ 88% ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀ। ਸਿਮਰਨਜੀਤ ਸਿੰਘ ਮਾਨ ਨੂੰ 5.25 ਲੱਖ ਵੋਟ ਪੈ ਗਈ, ਜਦਕਿ ਵਿਰੋਧੀ ਕਾਂਗਰਸ ਨੂੰ ਉਸ ਸਮੇਂ ਸਿਰਫ 47,000-48,000 ਵੋਟ ਪਈ ਸੀ। ਬੜੀ ਬੰਪਰ ਜਿੱਤ ਹਾਸਲ ਕੀਤੀ ਸੀ ਸਿਮਰਨਜੀਤ ਸਿੰਘ ਮਾਨ ਨੇ। ਉਸ ਤੋਂ ਬਾਅਦ ਵੀ ਲੜੇ ਨੇ ਸਿਮਰਨਜੀਤ ਸਿੰਘ ਮਾਨ ਇਸ ਸੀਟ ਤੋਂ, ਪਰ ਜਿੱਤ ਹਾਸਲ ਨਹੀਂ ਕਰ ਸਕੀ ਸੀ। ਹੁਣ ਮੈਂ ਤੁਹਾਨੂੰ ਇੱਕ ਵਾਰ 2000 ਪੰਥਕ ਸੀਟ ਦੇ ਉੱਤੇ ਜਿਹੜੇ ਫੈਕਟ ਨੇ ਮੈਂ ਜ਼ਿਕਰ ਕਰਾਂ ਕਿ ਜਿਹੜੇ ਫੈਕਟਰਸ ਨੇ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੇ ਕੀਤੇ ਨੇ। ਪੰਥਕ ਸੀਟ ਹੈ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਇਸ ਸੀਟ ਦੇ ਉੱਤੇ 75% ਤੋਂ ਜ਼ਿਆਦਾ ਸਿੱਖ ਵੋਟ ਬੈਂਕ ਹੈ। ਇਹ ਇਕੱਲੀ ਅਜਿਹੀ ਸੀਟ ਹੈ ਖਡੂਰ ਸਾਹਿਬ ਦੀ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਥਕ ਵੋਟ ਬੈਂਕ ਹੈਗਾ, ਜਾਂ ਤੁਸੀਂ ਕਹੋ ਕਿ ਮੈਜੋਰਟੀ ਜਿਹੜੀ ਆ ਪੰਥਕ ਵੋਟ ਬੈਂਕ ਦੀ ਹੈ, 80% ਦੇ ਕਰੀਬ ਕਰੀਬ ਹੈਗਾ ਹੈ। ਉਸ ਤੋਂ ਬਾਅਦ ਪੇਂਡੂ ਆਬਾਦੀ ਬਹੁਤ ਹੈ, ਛੋਟੇ ਕਸਬੇ ਆਉਂਦੇ ਨੇ ਜਾਂ ਫਿਰ ਜ਼ਿਆਦਾਤਰ ਪਿੰਡ ਆਉਂਦੇ ਨੇ। ਇੱਕ ਵਾਰ ਪੂਰੀ ਸਕਰੀਨ ਦੇ ਉੱਤੇ ਜੇਕਰ ਅਸੀਂ ਦਿਖਾ ਸਕੀਏ ਫੈਕਟਰਸ, ਤਾਂ ਟਿਕਟ ਫੈਕਟਰ ਜਿਹੜੇ ਇਸ ਸਮੇਂ ਇਸ ਖਡੂਰ ਸਾਹਿਬ ਦੇ ਉੱਤੇ ਹੈਗੇ ਨੇ, ਕਿਉਂਕਿ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਟਿਕਟਾਂ ਵੰਡੀਆਂ ਗਈਆਂ ਨੇ। ਖਡੂਰ ਸਾਹਿਬ ਆ ਗਿਆ। ਹੁਣ ਮੈਂ ਇੱਕ ਵਾਰ ਫਿਰ ਤੋਂ ਲੈ ਕੇ ਆਵਾਂਗਾ 2019 ਦਾ ਅੰਕੜਾ ਕਿ 2019 ਦੇ ਵਿੱਚ ਕੀ ਸਮੀਕਰਨ ਸੀ, ਜੇਕਰ ਟੋਟਲ ਲਿਆ ਸਕੋ। 2019 ਦਾ ਆ ਗਿਆ, ਇਹ ਵਾਪਸ ਅਸੀਂ ਇਸ ਕਰਕੇ ਵੀ ਲਿਆਉਂਦਾ। ਦੇਖੋ, 2000 ਹੁਣ ਤੱਕ ਕੀ ਹੋਇਆ ਸੀ, 1992 ਤੋਂ ਬਾਅਦ ਤੋਂ ਜੇਕਰ ਤੁਸੀਂ ਦੇਖੋ, 1996 ਦੇ ਵਿੱਚ ਮੇਜਰ ਸਿੰਘ ਉੱਥੋਂ ਜਿੱਤਦੇ ਨੇ, ਫਿਰ ਤਰਲੋਚਨ ਸਿੰਘ ਤੂਰ ਨੇ ਕਈ ਵਾਰ ਜਿੱਤੀ, ਫਿਰ ਉਸ ਤੋਂ ਬਾਅਦ ਰਤਨ ਸਿੰਘ ਅਜਨਾਲਾ ਨੇ ਇਸ ਸੀਟ ਦੇ ਉੱਤੇ ਜਿੱਤ ਹਾਸਲ ਕੀਤੀ ਸ਼੍ਰੋਮਣੀ ਅਕਾਲੀ ਦਲ ਤੋਂ। ਉਸ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ 2009 ਦੇ ਵਿੱਚ ਜਿੱਤਣ ਦੇ ਵਿੱਚ ਕਾਮਯਾਬ ਰਹੇ, ਪਰ 2014 ਤੋਂ ਬਾਅਦ 2019 ਦੇ ਵਿੱਚ ਅਜਿਹਾ ਕੀ ਹੋਇਆ ਕਿ ਕਾਂਗਰਸ ਉੱਥੋਂ ਜਿੱਤ ਗਈ। ਤਾਂ ਇੱਕ ਫੈਕਟਰ ਇਹ ਮੰਨਿਆ ਗਿਆ ਕਿ ਪਰਮਜੀਤ ਕੌਰ ਖਾਲੜਾ ਦੀ ਐਂਟਰੀ ਹੁੰਦੀ ਹੈ ਖਡੂਰ ਸਾਹਿਬ ਦੀ ਸੀਟ ਦੇ ਉੱਤੇ, ਉਹਨਾਂ ਨੇ ਆ ਕੇ ਉੱਥੇ ਚੋਣ ਲੜੀ। ਆਮ ਤੌਰ 'ਤੇ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ, ਉੱਥੇ ਆਹਮੋ ਸਾਹਮਣੇ ਦਾ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚ ਰਿਹਾ, ਅਕਾਲੀ ਦਲ ਦਾ ਗੜ ਸੀ।
ਪਰ ਅਕਾਲੀ ਦਲ ਦਾ ਗੜ ਕਿਵੇਂ ਟੁੱਟਿਆ ਖਡੂਰ ਸਾਹਿਬ ਦੇ ਵਿੱਚ? ਇਹ ਕਿਹਾ ਜਾ ਰਿਹਾ ਜਾਂ ਇਹ ਮੰਨਿਆ ਗਿਆ ਕਿ ਜਿਹੜੀ ਪਰਮਜੀਤ ਕੌਰ ਖਾਲੜਾ ਨੂੰ ਵੋਟਾਂ ਪੈ ਗਈਆਂ, ਜਸਵੰਤ ਸਿੰਘ ਖਾਲੜਾ ਦੇ ਇਹ ਪਤਨੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ, 2.25 ਲੱਖ ਵੋਟਾਂ ਉੱਥੇ ਪੈ ਗਈਆਂ ਖਾਲੜਾ ਨੂੰ। ਤਾਂ ਇਹੀ ਕਿਹਾ ਗਿਆ ਕਿ ਖਾਲੜਾ ਦੀ ਐਂਟਰੀ ਦੇ ਨਾਲ ਬੀਬੀ ਜਗੀਰ ਕੌਰ ਦਾ ਇੱਕ ਵੱਡਾ ਵੋਟ ਬੈਂਕ ਅਕਾਲੀ ਦਲ ਦਾ ਟੁੱਟ ਕੇ ਖਾਲੜਾ ਵਾਲੇ ਪਾਸੇ ਚਲਾ ਗਿਆ, ਔਰ ਉਸਦਾ ਅਸਰ ਹੋਇਆ ਕਿ ਜਸਬੀਰ ਸਿੰਘ ਡਿੰਪਾ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹੇ। ਕਿਉਂਕਿ ਆਮ ਆਦਮੀ ਪਾਰਟੀ ਦੇਖੋ ਤਾਂ ਤੁਸੀਂ 13,656 ਵੋਟਾਂ ਪਈਆਂ ਸੀ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ। ਹੁਣ ਜ਼ਿਕਰ ਆਪਾਂ ਕਰਦੇ ਹਾਂ, ਮੈਂ ਖਲੜਾ ਵਾਲਾ ਇਸ ਕਰਕੇ ਫੈਕਟ ਦਾ ਜ਼ਿਕਰ ਕਰ ਰਿਹਾ ਕਿ ਇੱਥੇ ਬਹੁਤ ਇੰਟਰਸਟਿੰਗ ਹੈ ਕਿ ਜੇਕਰ ਖਲੜਾ ਦੀ ਐਂਟਰੀ ਹੋਈ ਸੀ 2019 ਦੇ ਵਿੱਚ ਤਾਂ ਕੀ ਬੀਬੀ ਜਗੀਰ ਕੌਰ ਤਾਂ ਹਾਰ ਗਈ ਸੀ? ਕਿਉਂਕਿ ਬੀਬੀ ਜਗੀਰ ਕੌਰ ਵੀ ਇੱਕ ਪੰਥਕ ਚਿਹਰਾ ਹੈਗਾ ਹੈ ਅਤੇ ਕਾਂਗਰਸ ਨੂੰ ਉਸ ਸੀਟ ਦੇ ਉੱਤੇ ਨਹੀਂ ਜਿੱਤ ਮਿਲੀ ਸੀ ਪਿਛਲੇ ਘੱਟੋ ਘੱਟ ਤੁਸੀਂ ਕਹਿ ਸਕਦੇ ਹੋ 25-28 ਸਾਲ ਤੋਂ ਤਾਂ ਕਾਂਗਰਸ ਨੇ ਉੱਥੇ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ। ਮੈਂ ਇਸ ਵਾਰ ਦੇ ਕੈਂਡੀਡੇਟ ਲੈ ਕੇ ਆਵਾਂਗਾ ਜੋ ਮੈਂ ਸਮੀਕਰਨਾਂ ਦਾ ਜ਼ਿਕਰ ਕਰ ਰਿਹਾ ਸੀ, ਇਸ ਵਾਰ ਦੇ ਜਿਹੜੇ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ, ਅਸੀਂ ਉਹਨਾਂ ਦਾ ਜ਼ਿਕਰ ਕਰੀਏ। ਤਾਂ ਜਿਹੜੇ ਇਸ ਵਾਰ ਦੇ ਕੈਂਡੀਡੇਟ ਨੇ ਕਿ ਹੁਣ ਸੀਟ ਦੇ ਉੱਤੇ ਸਮੀਕਰਨ ਕਿਸ ਤਰੀਕੇ ਦੇ ਬਣ ਸਕਦੇ ਨੇ? ਦੇਖੋ, ਪਾਰਟੀਆਂ ਸਾਰੀਆਂ ਜ਼ੋਰ ਲਗਾਉਣਗੀਆਂ ਕਿ ਅਸੀਂ ਜਿੱਤ ਹਾਸਲ ਕਰੀਏ, ਉਹ ਚਾਹੇ ਅਕਾਲੀ ਦਲ ਹੈ, ਉਹ ਚਾਹੇ ਆਮ ਆਦਮੀ ਪਾਰਟੀ ਹੈ, ਕਾਂਗਰਸ ਹੈ। ਹੁਣ ਆਪਾਂ ਇੱਥੇ ਆਉਂਦੇ ਹਾਂ ਕਿ ਇੰਟਰਸਟਿੰਗ ਕੀ ਹੈ। ਦੇਖੋ, ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਉਤਾਰਿਆ ਹੈ। ਆਮ ਆਦਮੀ ਪਾਰਟੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਬੰਪਰ ਵੋਟਿੰਗ ਹੋਈ ਹੈ ਤਾਂ ਇੱਕ ਵੱਡਾ ਮੈਜੋਰਟੀ ਵੋਟਾਂ ਉਹਨਾਂ ਨੂੰ ਪੈ ਗਈਆਂ ਸੀ, ਹੁਣ ਉਹ 2024 ਦੇ ਵਿੱਚ ਵੀ ਕਨਵਰਟ ਹੁੰਦੀਆਂ ਨੇ ਜਾਂ ਨਹੀਂ ਉਹ ਦੇਖਣਾ ਹੋਏਗਾ। ਕਾਂਗਰਸ ਦਾ ਉਮੀਦਵਾਰ ਕੌਣ ਹੋਏਗਾ ਐਲਾਨ ਹੋਣਾ ਅਜੇ ਬਾਕੀ ਹੈ। ਕਾਂਗਰਸ ਨੇ ਪੱਤੇ ਨਹੀਂ ਖੋਲੇ, ਚਰਚਾਵਾਂ ਬਹੁਤ ਸਾਰੀਆਂ ਉੱਥੇ ਵੀ ਚੱਲ ਰਹੀਆਂ ਨੇ। ਹੁਣ ਤੁਸੀਂ ਦੋ ਚਿਹਰਿਆਂ ਦੇ ਉੱਤੇ ਨਜ਼ਰ ਪਾਓ, ਵਿਰਸਾ ਸਿੰਘ ਵਲਟੋਹਾ ਤੇ ਅੰਮ੍ਰਿਤਪਾਲ ਸਿੰਘ। ਜਦੋਂ ਪੰਥਕ ਸੀਟ ਦਾ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਤਾਂ ਕੀ ਜੋ ਬੀਬੀ ਖਾਲੜਾ ਨੇ 2019 ਦੇ ਵਿੱਚ 2.25 ਲੱਖ ਵੋਟਾਂ ਲੈ ਕੇ ਇੱਕ ਤਰੀਕੇ ਨਾਲ ਗੇਮ ਵਿਗਾੜ ਕੇ ਰੱਖ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੀ, ਕੀ ਅੰਮ੍ਰਿਤਪਾਲ ਸਿੰਘ ਇਸ ਵਾਰ ਖਡੂਰ ਸਾਹਿਬ ਤੋਂ ਉਸ ਤਰੀਕੇ ਦਾ ਹੀ ਸਮੀਕਰਨ ਬਣਾ ਸਕਦੇ ਨੇ ਕਿ ਇਹ ਜਿੱਤਣ ਵਾਲੇ ਪਾਸੇ ਜਾਣਗੇ ਜਾਂ ਨਹੀਂ ਜਾਣਗੇ? ਦੇਖੋ, ਲੋਕਾਂ ਨੇ ਡਿਸਾਈਡ ਕਰਨਾ, ਪਰ ਸ਼੍ਰੋਮਣੀ ਅਕਾਲੀ ਦਲ ਦੀ ਇਹ ਇੱਕ ਤਰੀਕੇ ਨਾਲ ਗੜ ਵਾਲੀ ਸੀਟ ਰਹੀ ਹੈ ਕਿ ਇੱਥੋਂ ਤਾਂ ਜਿੱਤੇ ਹੀ ਹੁੰਦੇ ਆ ਹਰ ਵਾਰ, ਪਰ ਬਲਟੋਹਾ ਨੂੰ ਉਤਾਰ ਕੇ ਇੱਕ ਤਰੀਕੇ ਨਾਲ ਸਟਰੋਂਗ ਕੈਂਡੀਡੇਟ ਦੇਣ ਦੀ ਕੋਸ਼ਿਸ਼ ਤਾਂ ਕੀਤੀ ਗਈ ਹੈ। ਕਿਉਂਕਿ 2000 ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਇਸ ਪੂਰੀਆਂ ਸੀਟਾਂ ਦੇ ਉੱਤੇ ਨਜ਼ਰ ਆਈ, ਅਕਾਲੀ ਦਲ ਨੂੰ ਕੋਈ ਸੀਟ ਨਹੀਂ ਮਿਲੀ, ਪਰ ਅਕਾਲੀ ਦਲ ਆਪਣੇ ਵੋਟ ਬੈਂਕ ਨੂੰ ਬਚਾਉਣ ਦੇ ਵਿੱਚ ਥੋੜ੍ਹਾ ਕਾਮਯਾਬ ਜ਼ਰੂਰ ਰਿਹਾ, ਬਹੁਤ ਸਾਰੀਆਂ ਸੀਟਾਂ ਦੇ ਉੱਤੇ ਦੂਜੇ ਨੰਬਰ 'ਤੇ ਸੀ। ਪਰ ਜਦੋਂ ਬੀਬੀ ਖਾਲੜ ਦਾ ਆਪਾਂ ਜ਼ਿਕਰ ਕਰਦੇ ਹਾਂ ਕਿ ਉਹਨਾਂ ਨੂੰ 2.25 ਲੱਖ ਵੋਟਾਂ ਪੈ ਗਈਆਂ, ਅੰਮ੍ਰਿਤਪਾਲ ਪ੍ਰਚਾਰ ਕਰਨ ਆਉਣਗੇ, ਬਹੁਤ ਮੁਸ਼ਕਿਲ ਗੱਲ ਹੈ, ਪਰ ਅੰਮ੍ਰਿਤਪਾਲ ਦੀ ਐਂਟਰੀ ਇਹ ਜ਼ਰੂਰ ਦੱਸ ਰਹੀ ਹੈ ਕਿ ਵੋਟ ਬੈਂਕ ਉਹਨਾਂ ਵਾਲੇ ਪਾਸੇ ਜਾ ਸਕਦਾ ਹੈ ਜਿਹੜੇ ਉਸ ਭਾਵਨਾ ਦੇ ਨਾਲ ਜਾਂ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਇਤਫਾਕ ਰੱਖਦੇ ਹੋਣਗੇ। ਹੁਣ ਕੀ ਅੰਮ੍ਰਿਤਪਾਲ ਸਿੰਘ ਬੀਬੀ ਖਾਲੜਾ ਜਿੰਨੀਆਂ ਵੋਟਾਂ ਜਾਂ ਉਹਨਾਂ ਤੋਂ ਵੀ ਵੱਧ ਵੋਟਾਂ ਲੈ ਕੇ ਜਾ ਸਕਦੇ ਨੇ ਜਾਂ ਫਿਰ ਜਿੱਤ ਹੀ ਸਕਦੇ ਨੇ, ਇਹ ਸਮਾਂ ਦੱਸੇਗਾ। ਪਰ ਜੇਕਰ ਉਹੀ ਰੋਲ ਪਲੇਅ ਕਰਦੇ ਨੇ ਤਾਂ ਫਿਰ ਅਕਾਲੀ ਦਲ ਦੇ ਲਈ ਇਹ ਸਮੀਕਰਨ ਬਹੁਤ ਔਖੇ ਬਣ ਸਕਦੇ ਨੇ ਕਿ ਉੱਥੋਂ ਦੁਬਾਰਾ ਸੀਟ ਜਿੱਤਣਾ ਜਾਂ ਫਿਰ ਵਾਪਸੀ ਕਰਨਾ 2019 ਵਾਲੀ ਹਾਰ ਤੋਂ ਬਾਅਦ ਮੁਸ਼ਕਿਲ ਹੋ ਸਕਦਾ ਅਕਾਲੀ ਦਲ ਦੇ ਲਈ। ਹੁਣ ਲਾਲਜੀਤ ਸਿੰਘ ਭੁੱਲਰ ਦੀ ਐਂਟਰੀ ਹੋਈ ਹੈ ਬਤੌਰ ਕੈਬਨਿਟ ਮੰਤਰੀ, ਪਰ ਪੰਥਕ ਸੀਟ ਦੇ ਉੱਤੇ ਕਿੰਨਾ ਮਜ਼ਬੂਤ ਉਹ ਆਪਣੀ ਦਾਅਵੇਦਾਰੀ ਨੂੰ ਠੋਕਦੇ ਨੇ ਜਾਂ ਪੇਸ਼ ਕਰ ਪਾਉਂਦੇ ਨੇ ਉਹ ਦੇਖਣਾ ਹੋਏਗਾ। ਖੂਬ ਚਰਚਾ ਦੇ ਵਿੱਚ ਅਤੇ ਵਿਵਾਦਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਰਹੇ ਨੇ ਲਾਲਜੀਤ ਭੁੱਲਰ ਆਪਣੇ ਇੱਕ ਬਿਆਨ ਨੂੰ ਲੈ ਕੇ, ਹਾਲਾਂਕਿ ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਉਸ ਨੂੰ ਲੈ ਕੇ ਮਾਫ਼ੀ ਵੀ ਮੰਗ ਲਈ ਸੀ। ਹੁਣ ਇਸ ਸਭ ਦੇ ਵਿਚਾਲੇ ਇੱਕ ਇੰਟਰਸਟਿੰਗ ਇਹ ਵੀ ਫੈਕਟ ਹੈ ਕਿ ਕਾਂਗਰਸ ਕਿਹੜਾ ਚਿਹਰਾ ਲੈ ਕੇ ਆਉਂਦੀ ਹੈ, ਕਿਉਂਕਿ ਕਾਂਗਰਸ ਨੇ ਪਿਛਲੀ ਵਾਰ ਜਸਬੀਰ ਸਿੰਘ ਡਿੰਪਾ ਨੂੰ ਉਮੀਦਵਾਰ ਬਣਾਇਆ, ਉਹ ਜਿੱਤ ਗਏ, ਲੋਕ ਸਭਾ ਪਹੁੰਚ ਗਏ, ਪਰ ਇਸ ਵਾਰ ਇਹ ਕਲੀਅਰ ਹੋ ਚੁੱਕੀ ਹੈ ਕਿ ਡਿੰਪਾ ਤਾਂ ਚੋਣ ਨਹੀਂ ਲੜਨਗੇ। ਜੇ ਡਿੰਪਾ ਨਹੀਂ ਲੜਨਗੇ ਤਾਂ ਫਿਰ ਉੱਥੋਂ ਕਿਹੜਾ ਉਮੀਦਵਾਰ ਹੋ ਸਕਦਾ? ਅੰਮ੍ਰਿਤਪਾਲ ਦੀ ਐਂਟਰੀ ਨੇ ਇੰਟਰਸਟਿੰਗ ਬਹੁਤ ਬਣਾ ਦਿੱਤੀ ਹੈ ਪੂਰੀ ਚੋਣ,
ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਆਪਣੇ ਕੈਂਡੀਡੇਟ ਦਾ ਨਾਮ ਵਾਪਿਸ ਲੈਣਾ, ਅੰਮ੍ਰਿਤਪਾਲ ਸਿੰਘ ਨੂੰ ਇੱਕ ਤਰੀਕੇ ਨਾਲ ਸਪੋਰਟ ਕਰ ਦੇਣਾ, ਤਾਂ ਇਹ ਵੀ ਪੂਰੀ ਚੋਣ ਨੂੰ ਜਾਂ ਇਸ ਸੀਟ ਨੂੰ ਹੋਰ ਦਿਲਚਸਪ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਦੇਖਣਾ ਹੋਵੇਗਾ ਕਿ ਕਿਸ ਦੇ ਹੱਕ ਦੇ ਵਿੱਚ ਇਹ ਪੂਰਾ ਮੁਕਾਬਲਾ ਜਾਂਦਾ ਹੋਇਆ ਨਜ਼ਰ ਆ ਸਕਦਾ। ਕੈਂਡੀਡੇਟਸ ਇੱਕ ਵਾਰੀ ਜੇਕਰ ਅਸੀਂ ਆਪਣੀ ਸਕਰੀਨ ਦੇ ਉੱਤੇ ਦਿਖਾ ਸਕਦੇ, ਤਾਂ ਖਡੂਰ ਸਾਹਿਬ ਦੀ ਸਿਆਸੀ ਫਾਈਟ ਦੇ ਉੱਤੇ ਸਭ ਦੀਆਂ ਨਜ਼ਰਾਂ ਹੈਗੀਆਂ ਨੇ। ਅੰਮ੍ਰਿਤਪਾਲ ਸਿੰਘ ਦੀ ਐਂਟਰੀ ਪੰਜਾਬ ਦੇ ਇਲੈਕਸ਼ਨ ਨੂੰ ਵੀ ਦਿਲਚਸਪ ਬਣਾ ਰਹੀ ਹੈ, ਅਤੇ ਦੂਜੇ ਪਾਸੇ ਖਡੂਰ ਸਾਹਿਬ ਦੇ ਇਲੈਕਸ਼ਨ ਨੂੰ ਵੀ। ਹੁਣ ਖਡੂਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਅਗਲਾ ਸਟੈਪ ਕੀ ਹੋਏਗਾ, ਉਸ ਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਜ਼ਰੂਰ ਲੱਗੀਆਂ ਹੋਈਆਂ ਨੇ, ਅਤੇ ਕਾਂਗਰਸ ਦੇ ਕੈਂਡੀਡੇਟ ਦਾ ਇੰਤਜ਼ਾਰ ਤਾਂ ਲਾਜ਼ਮੀ ਤੌਰ 'ਤੇ ਹੋ ਹੀ ਰਿਹਾ। ਇਸੇ ਤਰੀਕੇ ਨਾਲ ਹਰ ਸੀਟ ਦਾ ਅਸੀਂ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ ਪ੍ਰਾਈਮ ਟਾਈਮ ਦੇ ਵਿੱਚ। ਅੱਜ ਦੇ ਲਈ ਨਹੀਂ।